पहुंच चुके हैं आप नकोदर शहर। हाँ जी गाइस, गुड मॉर्निंग जी सारों, की हाल चाल जी सारों का। तो स्वागत करते हैं जी एक बार फिर तो अपने यूट्यूब चैनल पे। न्यू ब्लॉग लैके आ गए हैं पता डली। अज फिर अज असी चले हाँ नकोदर, आ छोटे नकोदर नहीं वड्डे नकोदर चले हैं अज जलंधर, जिथे मतलब कि देखा ही होना वा। बाकी जिन्हें नहीं देखा तुहानू अज दिखावांगे तो बहुत ही मजे आने ब्लॉग देखो सारा लास्ट तक। तो अपने मेरे मामू का मुंडा जिहड़ा देवन वह भी आया पाया वा, वो कल आ गया सी एक्टिवा ते। तो फिर मैं तो देवन एक्टिवा से चलेंगे कपूरथले तक, कपूरथले एक्टिवा ला के फिर अं बवेंगे गड्डी मतलब कि टैंपू च, मतलब कि बड़ा चक्कर च पैना है। कोई नहीं फिर भी तो बने रहे ब्लॉग ना, बड़ा एंडलैस ब्लॉग बनाया तो सारे मिलेंगे। नहा नू लिया बस, टैंपू की वेट हो रही है, आएगा तो फिर आप निकलते हैं मैं तो देवन एक्टिवा से, बाकी सारे ऑटो च कपूरथले जाके फिर आप उन्होंने रल जाएंगे। ओके बाय गाइस, मिलते थानू पा थोड़ी देर तक। लो गाइस चावा पी रहे हैं, अपने नन्नू भाई भी आए पे है। हाँ जी मैं तो नन्नू जी अपने एक्टिवा से चलेंगे, अभी आया पे इतने ही रहा। मम्मी ऑटो वाले फोन कर देते ऑटो पहले जी भी तुम दस पहले अं कराई ही गड्डी नौवा, फिर अचानक की सलाह बन गई काफी जने वध गए, इस करके फिर हूँ पता की कराया आप स्मॉल एलीफेंट छोटा हाथी। सो ओके गाइस आंदा ते फिर आपा मिलते हैं। लो गाइस टैंपू वाला शुगर आ गया, कदों दा इहनू 8 बजे दा टाइम दित्ता सी, 8 बजे का टाइम दिता है, 9:30 बजे आए भाई। हेलो गाइस, हेलो आंटी टीना भैन जी की हाल जी, ये भी मसा ही तैयार हुई जे। बाय 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 नहीं नहीं ठीक है ओके चले एक्टवा दे। सो गया काका चलिए। हाँ जी गाइस आप निकल लगे हैं एक्टिवा से, वो पीछे आ हूँ अं सीधा अपने नानके चले हाँ कपूरथले, फिर उसे एक्टिवा ला के फिर भी इन्होंने नाल ही शामिल हो दो सवारियां चकनिया उसे दो सवारियां भी चकनिया। ओके बाय गाइस। हेलो गाइस, हेलो गाइस, चार जगह बना के रखियो। मैं कहा चार जने की जगह बना के रखियो। तो हाँ जी गाइस टांगरे पहुँच गए, टांगरे ब्यास लग गए टांगरा उत्थे पहुँच गए हैं। ठंड पाओ, ठंड पाओ, पहले स्ट्रीक पाओ फिर ठंड पौने। सो गाइस आप पहुँच गए हैं इत्थे टांगरे ते फिर हले ओह माय गॉड ओहो
ਕਪੂਰਥਲੇ ਜਾਂਦੇ ਪਏ ਉਹਨਾਂ ਦੇ ਆਟੋ ਵਾਲੇ ਬੜੇ ਕਿੱਥੇ ਆ ਕਪੂਰਥਲੇ ਜਾ ਕੇ ਮਿਲਦੇ ਹਾਂ ਨਾਲ ਸਾਰਿਆਂ ਨਾਲ ਮਿਲਾਉਂਦੇ ਆਪਾਂ ਉਹਦੇ ਠੰਡੇ ਹੁੰਦੇ ਹਾਂ ਬਾਏ ਬਾਏ ਲਓ ਗਾਈਸ ਚੈੱਕ ਕਰੋ ਗਾਈਸ ਸ਼ੋਰਟਕੱਟ ਫਾਟਕ ਬੰਦ ਹੈ ਇਸ ਸੁਬਾਨਪੁਰ ਦਾ ਇਸ ਕਰਕੇ ਫਿਰ ਸ਼ੋਰਟਕੱਟ ਮਾਰਨ ਡੇ ਹਾਂ ਖਤਰਨਾਕ ਖਤਰਨਾਕ ਸ਼ੋਰਟਕੱਟ ਬਾਬਾ ਜੀ ਮੈਨੂੰ ਤਾਂ ਬਾਲੋ ਗਾਈਸ ਵਿਊ ਚੈੱਕ ਕਰੋ ਖੇਤ ਹੀ ਖੇਤ ਐਂਡਲੈਸ ਵਾਲੇ ਹਾਂ ਹਾਂ ਆਪਾਂ ਕਾਫੀ ਅੱਗੇ ਹਾਂ ਆਪਾਂ ਉਹਨਾਂ ਤੋਂ ਕਾਫੀ ਅੱਗੇ ਗਏ ਹਾਂ ਅਤੇ ਉਹ ਹਾਲੇ ਪਿੱਛੇ ਹੀ ਆ ਹੁਣ ਉਹਨਾਂ ਨੇ ਫਾਟਕ 'ਤੇ ਵੀ ਫਸੇ ਰਹਿਣਾ ਅਤੇ ਆਪਾਂ ਉਹਨੇ ਤਾਂ ਸੋਚਿਆ ਸੀ ਪਹੁੰਚ ਕੇ ਫੋਨ ਨੂੰ ਚਾਰਜ ਲੱਗੇ ਦਿਮਾਗ ਤੁਹਾਨੂੰ ਪਤਾ ਸਾਡਾ ਵੈਸੇ ਛੋਟਾ ਤਾਂ ਸ਼ੋਅ ਨਹੀਂ ਕਰੀ ਇੱਥੇ ਕਿਤੇ ਫਸੇ ਹੋਣੇ ਵੀ ਲਓ ਜੀ ਨਿਕਲੋ 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 ਸੋ ਆਈ ਐਮ ਫਰੀ ਬਾਏ ਬਾਏ ਸੋ ਓਕੇ ਗਾਈਸ ਆਪਾਂ ਮਿਲਦੇ ਆ ਕਪੂਰਥਲਾ ਪਹੁੰਚ ਗਏ ਓਕੇ ਬਾਏ ਗਾਈਸ ਲੋ ਗਾਈਸ ਪਹੁੰਚ ਗਏ ਆ ਨਾਨਕੇ ਆਪਣੇ ਹੈਲੋ ਮੰਮੀ ਕੀ ਹਾਲ ਜੀ ਹਲੇ ਕੱਲ ਹੀ ਗਏ ਤੋਂ ਅੱਜ ਫਿਰ ਉਹ ਚਿੱਟੇ ਸੂਟ ਤੇ ਦਾਗ ਪੈ ਗਏ ਲੋ ਗਾਈਸ ਪਹੁੰਚ ਗਏ ਜੀ ਆਏ ਫਿਰ ਆ ਗਏ ਅੱਜ ਡਰ ਲੱਗਦਾ ਚਲਾ ਇਹ ਚੁੰਨੀ ਗਿੱਲੀ ਆ ਤੇਰੀ ਖੜੇ ਪੈਰ ਧੋਤੀ ਉਹ ਵੇਖੋ ਗਾਈਸ ਕਾਕੇ ਨੂੰ ਲੈ ਆਪਾਂ ਢੋਲਾ ਨਾ ਲੈ ਕੇ ਆਣਾ ਵਾ ਲੈ ਇਸ ਕਰਕੇ ਕਾਕੇ ਨੂੰ ਬਾਹਰ ਹੀ ਮਿਲਣ ਆ ਗਏ ਸਾਰੇ ਹੈਲੋ ਮਾਸੀ ਹੈਲੋ ਓਏ ਨਕਲੀ ਗਿਣਤੀ ਦੇ 15 ਪੀਸ ਹੀ ਲੈ ਗਏ ਆ ਆ ਸਵਾਰੀਆਂ ਜਿਹੜੀਆਂ ਚੁੱਕਣੀਆਂ ਇੱਕ ਉਹ ਦੋ ਤੇ ਉਹ ਤਿੰਨ ਹਾਂਜੀ ਭਵਾਨ ਜੀ ਤੁਸੀਂ ਆਪਣਾ ਵੱਖਰਾ ਹੀ ਕਿੱਦਾਂ ਹੈਗਾ ਮੁੰਡੇ ਜੀ ਲੋ ਜੀ ਇਹ ਦੇਸੀ ਸਨਰੂਫ ਯਾਰ ਸਨਰੂਫ ਬਣਾਇਆ ਵਾ ਸੋ ਸਾਰਿਆਂ ਨੂੰ ਸੁਸਤੀ ਪੈ ਚੁੱਕੀ ਆ ਹੈਲੋ ਗਾਈਸ
ਸਨਰੂਫ ਤੋਂ ਬਾਹਰ ਨਿਕਲੇ ਆਏ ਉਹ ਸਨਰੂਫ ਚ ਬਾਹਰ ਨਿਕਲੇ ਆਏ ਆਇਓ ਬਾਬਾ ਇਹ ਨਵੇਂ ਘਰ ਦੇ ਟ੍ਰਿਪ ਲੈ ਰੋ ਉਹ ਸਨਰੂਫ ਹਾਂਜੀ ਸਨਰੂਫ ਦਾ ਆਈਡੀਆ ਮੈਂ ਸਨਰੂਫ ਥਾਣੀ ਬਾਹਰ ਨਿਕਲ ਗਿਆ ਆ ਤੇ ਪਹੁੰਚ ਚੁੱਕੇ ਆ ਆਪਾਂ ਨਕੋਦਰ ਸ਼ਹਿਰ ਨਕੋਦਰ ਸ਼ਹਿਰ ਹਾਂਜੀ ਬਾਹਰ ਆਓ ਨਹੀਂ ਸਨਰੂਫ ਤੋਂ ਤੁਸੀਂ ਅੰਦਰ ਆਜੋ ਦੋ ਹਿੱਸੇ ਹੋ ਚੁੱਕੇ ਨੇ ਇੰਡੀਆ ਪਾਕਿਸਤਾਨ ਜਾਊਂਗੇ ਤੁਸੀਂ ਮੱਖੀ ਮੈਂ ਕੁੰਡੀ ਬਚ ਗਿਆ ਹੈ ਡੇਰਾ ਬਾਬਾ ਮਸਤਾ ਦਾ ਜੈ ਹੋ ਲੋ ਜੀ ਪਹੁੰਚ ਗਏ ਆ ਪੀਰਾਪੁਰੀ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਰੇਤ ਤੇ ਡਾਈ ਮਾਰ ਰੇਤ ਮੈਂ ਵੀ ਮਾਰ ਲੱਗਾ ਪਹੁੰਚ ਗਏ ਆ ਜਾ ਹੋ ਬਾਬਾ ਜੀ ਜੈ ਮਸਤਾ ਦੀ ਜਿਨ੍ਹਾਂ ਨੂੰ ਰੱਬ ਜ਼ਿਆਦਾ ਦਿੰਦਾ ਆ ਸਾਰੇ ਚੜਾ ਕੇ ਜਾਂਦੇ ਆਪਣੀ ਆਪਣੀ ਚੀਜ਼ਾਂ ਗੱਡੀ ਤੱਕ ਕਿਆ ਬਾਤ ਹੈ ਅੰਦਰ ਟਰੋਫੀਆਂ ਜਿਹੜੇ ਜਿੱਤਦੇ ਆ ਉਹ ਇੱਥੇ ਚੜਾ ਜਾਂਦੇ ਆ ਕਈਆਂ ਨੇ ਟਰੋਫੀਆਂ ਕਿਆ ਬਾਤ ਅੰਦਰ ਵੱਖਰੇ ਲੱਗੀਆਂ ਪਈਆਂ ਗੱਡੀਆਂ ਵੀ ਇੱਧਰ ਦੇ ਨਕੋਦਰ ਦਾ ਦਰਬਾਰ ਸਾਰਾ ਪ੍ਰੋਜੈਕਟ ਲੋ ਗਾਈਸ ਹੋ ਕੇ ਆ ਗਏ ਆਪਾਂ ਕਾਕਾ ਵੀ ਮੱਥਾ ਟੇਕ ਆਇਆ ਆ ਕਾਕੇ ਹੋਏ ਧੁੱਪ ਪੈਣ ਡੀ ਉਹਦੇ ਵਿਚਾਰੇ ਦੇ ਹੁਣ ਆਪਾਂ ਚੱਲਿਆ ਦੂਜੀ ਦਰਗਾਹ ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਹਾਂਜੀ ਗਾਈਸ ਮੱਥਾ ਟੇਕ ਆਏ ਆਪਾਂ ਇੱਧਰ ਤੇ ਹੁਣ ਆਪਾਂ ਚੱਲੇ ਉੱਧਰ ਤੇ ਨਕੋਦਰ ਹੀ ਆ ਹੁਣ ਆਪਾਂ ਉਹ ਯਾਰ ਨਕੋਦਰ ਸ਼ਹਿਰ ਹੀ ਆ ਦੱਸਿਓ ਭਾ ਸੋ ਹੁਣ ਆਪਾਂ ਚੱਲੇ ਹਾਂ ਆਪਾਂ ਉੱਧਰ ਫਿਰ ਆਪਾਂ ਪਹੁੰਚਾਂਗੇ ਨਕੋਦਰ ਓਏ ਹੋਏ ਸਰਦਾਰ ਅਲੀ ਕਿਆ ਬਾਤ ਆਈ ਐਮ ਬਿਗ ਫੈਨ ਆਫ ਯੂ ਅੰਕਲ ਨੂੰ ਕਹੋ ਚਲੋ ਹਾਂਜੀ ਸੋ ਇਹ ਆ ਜੀ ਨਕੋਦਰ ਦੀ ਮਾਰਕੀਟ ਬਹੁਤ ਹੀ ਅੱਛੀ ਤੇ ਬਹੁਤ ਹੀ ਘੈਂਟ ਪੂਰਾ ਕਲੀਅਰ ਸ਼ਰੀਫ ਵਾਲੀ ਫੀਲਿੰਗ ਆ ਰਹੀ ਹੈ ਇੱਥੇ ਸਹੀ ਗੱਲ ਹੈ ਪੂਰੀ ਕਲੀਅਰ ਸ਼ਰੀਫ ਗੁੱਸਾ ਚੜ ਗਿਆ ਵਾ ਉਹ ਲੱਭਦੇ ਨਹੀਂ ਵੇ ਘਰ ਦੇ ਕਿੱਥੇ ਚਲ ਗਏ ਹੋ ਦੇਖੋ ਜੀ ਤੋ ਬਿਨਾ ਦੱਸੇ ਭਾਣੇ ਕਿੱਥੇ ਚਲ ਗਏ ਜੀ ਜਾਦੂ ਕਰਕੇ
ਲੋ ਗਾਈਸ ਹੁਣ ਆਪਾਂ ਚੱਲੇ ਆ ਦੂਜੀ ਦਰਗਾਹ ਬਾਬਾ ਮੁਰਾਦ ਸ਼ਾਹ ਜੀ ਸੋ ਗਾਈਸ ਪਹੁੰਚ ਚੁੱਕੇ ਆ ਮੰਮੀ ਆਪਣੇ ਜਗਾੜਮੈਂਟ ਲੱਗੇ ਆਪਾਂ ਸਾਨੂੰ ਬਣਾਇਆ ਏਡਾ ਸੋਹਣਾ ਸੌਂਡ ਰੂਟ ਨੀ ਸਨ ਰੂਫ ਇੱਕ ਹੋਰ ਆ ਉਹ ਬਾਪੂ ਲਾਲ ਬਾਦਸ਼ਾਹ ਜੀ ਦੀ ਪਾਰਕਿੰਗ ਲੋਟ ਜੈ ਹੋ ਬਾਬਾ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਪਹੁੰਚ ਗਏ ਕਿੱਥੇ ਗਏ ਆਪਣੇ ਗਾਈਸ ਹੈਲੋ ਗਾਈਸ ਹੈਲੋ ਗਾਈਸ ਹੈਲੋ ਗਾਈਸ ਪ੍ਰਸ਼ਾਦ ਸੋ ਗਾਈਸ ਇੱਥੋਂ ਪ੍ਰਸ਼ਾਦ ਵਾਸਤੇ ਵੱਖਰਾ ਉਹ ਬਣਿਆ ਅਰੇਂਜਮੈਂਟ ਸਾਹਮਣੇ ਦਰਬਾਰ ਬਾਬਾ ਜੀ ਦਾ ਬਹੁਤ ਹੀ ਸੋਹਣਾ ਬਣ ਗਿਆ ਅੱਗੇ ਨਾਲੋਂ ਕਾਫੀ ਰੈਨੋਵੇਟ ਹੋ ਰਿਹਾ ਸੀ ਜਿੰਨੀ ਵਾਰੀ ਵੀ ਅਸੀਂ ਆਏ ਹਾਂ ਅੱਜ ਸਾਰਾ ਕੰਪਲੀਟ ਹੋ ਗਿਆ ਆ ਸੋ ਗਾਈਸ ਚਲੋ ਅੰਦਰ ਰਸ਼ ਬਹੁਤ ਆ ਗਾਈਸ ਅੱਜ ਉਹ ਆ ਨਾ ਸੱਚ ਗਾਂਧੀ ਜਯੰਤੀ 2 ਅਕਤੂਬਰ ਅੱਜ ਗਾਂਧੀ ਜੀ ਦਾ ਹੈਪੀ ਬਰਥਡੇ ਆ ਇਸ ਕਰਕੇ ਅੱਜ ਛੁੱਟੀ ਆ ਅਤੇ ਸਾਰੇ ਆਏ ਪਏ ਆ ਮੱਥਾ ਟੇਕਣ ਸੋ ਗਾਈਸ ਜੇ ਅੰਦਰ ਵੀਡੀਓ ਨਾ ਬਣਾ ਦਿੱਤੀ ਤਾਂ ਸੋਰੀ ਕਿਉਂਕਿ ਅੰਦਰ ਸ਼ਾਇਦ ਹੀ ਵੀਡੀਓ ਬਣਾ ਦਿੰਦੇ ਆ ਬਾਕੀ ਦੇਖਦੇ ਹਾਂ ਆਪਾਂ ਓਕੇ ਬਾਏ ਹੋ ਵੇਲੋ ਲਿਖਿਆ ਹੋਇਆ ਕਿਰਪਿਆ ਮੋਬਾਈਲ ਬੰਦ ਰੱਖੇ ਓਕੇ ਬਾਏ ਗਾਈਸ ਚੈੱਕ ਕਰੋ ਗਾਈਸ ਹੋਰ ਭੈਣ ਜੀ ਠੀਕ ਜੇ ਸੁੱਕ ਗਈ ਚੁੰਨੀ ਵਾਈਟ ਬਚ ਗਿਆ ਵਾ ਸੋਰੀ ਗਾਈਸ ਅੰਦਰ ਮੈਂ ਦਿਖਾ ਨਹੀਂ ਸਕਿਆ ਇਸ ਕਰਕੇ ਉਹ ਸਾਰੇ ਹੀ ਪੈ ਗਈ ਓਏ ਓਕੇ ਚਾਹ ਚੂਹ ਪੀ ਕੇ ਆ ਗਏ ਆਪਾਂ ਬਾਹਰ ਪ੍ਰਸ਼ਾਦ ਵੀ ਮਿਲ ਗਿਆ ਜਿਆ ਬਾਬਿਆਂ ਦੀ ਹੁਣ ਤੁਹਾਨੂੰ ਆਪਾਂ ਆ ਫੜ ਲਾ ਬਾਹਰ ਚੈੱਕ ਕਰੋ ਗਾਈਸ ਫੋਟੋ ਸ਼ੂਟ ਚੱਲਦਾ ਪਿਆ ਉਹ ਉੱਥੇ ਖੜੇ ਸਾਰੇ ਸੋ ਗਾਈਸ ਬਹੁਤ ਹੀ ਸ਼ਾਂਤੀ ਆ ਇੱਥੇ ਬੜਾ ਮਜ਼ਾ ਆਉਣ ਡਿਆ ਬਹੁਤ ਜ਼ਿਆਦਾ ਹਾਂ ਮਜ਼ਾ ਆ ਗਿਆ ਅੱਜ ਬੜੀ ਦੇਰ ਬਾਅਦ ਆਏ ਆਪਾਂ ਅਤੇ ਜ਼ਰੂਰ ਆਇਓ ਸਾਰੇ ਨਕੋਦਰ ਸ਼ਹਿਰ ਬਾਪੂ ਜੀ ਦੇ ਦਰ 'ਤੇ ਵਾਜਾ ਦੇ ਕੇ ਥੱਕ ਕੇ ਤਾਂ ਬਹਿ ਹੀ ਗਏ ਆਪ ਚਲੋ ਜੀ ਚੱਲੀਏ ਹੁਣ ਆਪਾਂ ਦੂਜੀ ਦਰਗਾਹ 'ਤੇ ਬਾਪੂ ਲਾਲ ਬਾਦਸ਼ਾਹ ਜੀ ਦੀ ਉਹ ਕੋਈ ਸਨ ਰੂਪ ਤੋਂ ਬਾਹਰ ਆਏ ਪਾਣੀ ਹੋਰ ਭਾਈ ਠੀਕ ਠਾਕ ਜੀ ਸਨ ਰੂਪ ਤਾਂ ਨਹੀਂ ਵਾਲ ਕੁੜੇ ਖੁੱਲ੍ਹੇ ਛੱਡਦੇ ਪਹੁੰਚ ਗਏ ਹਾਂ ਜੀ ਆਪਾਂ ਜੈ ਹੋ ਬਾਬਾ ਜੀ ਹੈਲੋ ਗਾਈਸ ਗਾਈਸ ਉਹ ਆ ਗਈ ਜਗ੍ਹਾ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਅੰਦਰ ਸੋ ਗਾਈਸ ਚਲੋ ਚੱਲੀਏ ਮਾਏ ਚਾਦਰ ਪੀਰਾਂ ਦੀ ਹੱਸ ਪਏ ਨੇ ਜੈ ਮਸਤਾਂ ਦੀ ਇੱਥੇ ਤੇ ਵੀਡੀਓ ਅਲਾਊਡ ਆ ਨਾ ਪਤਾ ਨਹੀਂ ਹੈ ਹਜੇ ਕੁਛ ਵੀ ਅਲਾਊਡ ਆ ਇੱਥੇ ਚਲੋ ਗਾਈਸ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ
लो गाइस सॉरी गाइस पता की गल है अंदर मैं बना दिया ही वीडियो बट अंदर भी मना ही लिखा पाया इस करके मैं अंदर फिर नहीं बना पाया इस करके आई एम सॉरी। सो मम्मी कि लग रहा है बहुत मजा आन दिया काफ़ी देर बाद मम्मी काफ़ी देर बाद पर फिर काफ़ी देर बाद बहुत चंगा लगा लंगर क्या बच्चे लंगर खाने इधर भी शायद ही बना दे आप फिर मिलते हैं बाद सारे थक चुके ने पूरे चंगी तरह मन भा की हाल जे चैटिंग करन डे जे की पता केड़ी भूआ मेरी चैटिंग करने आंदी नी ट्रक आले दी सेटिंग बनवाण दे भाई नु कहंदा इधर हो जा माड़ा जा स्ट्रीक पौनी भाई माड़ा इधर नु करियो भाई हस दे भैया ओए इतना करो हेलो ओए गुस्सा चलो यार स्टूल रखो कल वे लो जी सवारियां लातियां आ सवारियां लातियां रश घट गया हुण सारे बाय बाय नानी बाय चंगा ही बाय 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 लड्डू बाय 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 गाने बंद कर फैमिली नाल ब्याह नहीं करा तो गाइस तुर चुके आप वापस आयोगे अमृतसर सवेर आप अमृतसर पहुंच के फिर मिलते हैं अमृतसर पहुंच के नहीं रस्ते च मिलते हैं कुछ ना कुछ करते रहना डांस डूंस गाने गुने ओके बाय बाय केड़ी हवा चलती भैया बुल्ले Oh
सारे सो चुके ने। मैं तो मम्मी जागन दे सारे सुस्ती पै गई। एंड लैस वाला उतर गया अदित्य भाव उठ गए। हेलो गाइस बाय बाय। ऑटो वाले चल गए ने, आप भी घर पहुंच गए हैं बहुत ही थकावट दे नाल। तू भी आ गया वा, ठीक है दिल लग गया तेरा। ਸੁੱਤਾ ਸੀ ਜਾਣ ਕੇ ਡਰਾਮੇ ਕਰਦਾ ਸੀ ਹੋਮ ਸਵੀਟ ਹੋਮ। ਤੇ ਹੁਣ ਬਹੁਤ ਥੱਕ ਚੁੱਕੇ ਹਾਂ ਤੇ ਇਸੇ ਤਰ੍ਹਾਂ ਆਪਾਂ ਕਰਦੇ ਹਾਂ ਵਲੌਗ ਦੀ ਐਂਡਿੰਗ। ਕਿਵੇਂ ਲੱਗਾ ਅੱਜ ਦਾ ਵਲੌਗ ਕਮੈਂਟ ਆ ਦੱਸਿਓ ਅਤੇ ਮਿਲਦੇ ਹਾਂ ਪਤਾ ਨੈਕਸਟ ਵਲੌਗ ਦਾ ਘੈਂਟ ਜੇ ਵਲੌਗ ਨਾਲ ਮਿਲਾਂਗੇ ਫਿਰ ਇੱਕ ਅੱਧੇ। ਬਾਏ ਮੰਮੀ ਬਾਏ, ਮਿਲਦੇ ਹਾਂ ਪਤਾ ਨੈਕਸਟ ਵਲੌਗ 'ਚ ਅਗਲੇ ਵਲੌਗ 'ਚ। ਬਾਏ ਬਾਏ।